अस्सलाम वालेकुम। वालेकुम सलाम भाई जन, की हाल है? ठीक ठाक। ठीक ठाक हो? हाँ जी। अच्छा भाई यह दस्यो कि कितनी देर हो गई तुहानू डंगर रखदे आ? सानू हो ही गए ना कोई 10-12 साल रखे। 10-12 साल? हाँ जी, मेरी हो चुकी है, पहला दे रखे ने मैं। ठीक हो गया। हाँ जी। ते बादशाह भाई जन, किन्ने डंगर है तुहाडे कोल? डंगर जी 20-22। 20-22 है जिहड़े सारे सानू पिछे तुहाडे आ नजर आ रहे ने? 5 बैठे। माशाल्लाह, क्या बात है। अच्छा यह दस्यो कि सच्ची ते खरी गल दसनी जे। हाँ जी। ਤੁਸੀਂ ਦੱਸਿਆ ਕਿ ਤੁਹਾਨੂੰ 12 ਸਾਲ ਹੋ ਗਏ ਨੇ ਕੰਮ ਕਰਦੇ ਆ। ਹਾਂਜੀ। ਕੋਈ ਇਸ ਕੰਮ 'ਚ ਫਾਇਦਾ ਵੀ ਹੈ ਕਿ ਨਹੀਂ? ਫਾਇਦਾ ਸੁਧਾ ਜੀ, ਫਾਇਦਾ ਬੇਬਾ ਹੈ ਨਾ ਜੀ। ਫਾਇਦਾ ਬੇਬਾ ਹੈ ਜੇ ਬੰਦਾ ਕੋਈ ਨੀਤ ਨਾਲ ਕੰਮ ਕਰੇ ਤੇ। ਨੀਯਤ ਕਿਹਨੂੰ ਕਹਿੰਦੇ ਹੋ? ਨੀਤ ਬਸ ਸਹੀ, ਇਹਨਾਂ ਦੀ ਦੇਖਭਾਲ ਕਰੇ, ਸਹੀ ਹੈ ਜਿਹੜਾ ਇਹਨਾਂ ਨੂੰ ਟਾਈਮ ਨਾਲ ਪੱਠੇ ਪਾਏ, ਪਾਣੀ ਪਿਲਾਏ, ਸਹੀ ਇਹਨਾਂ ਨੂੰ ਜਿਹੜਾ ਦੇਖੇ ਦਿਓ ਉਹਨੂੰ ਨੀਤ ਕਹਿੰਦੇ। ਟਾਈਮ ਨਾਲ ਪੱਠੇ ਪਾਏ, ਟਾਈਮ ਨਾਲ ਪਾਣੀ, ਯਾਨੀ ਪੱਠੇ ਕਿਹੜੇ ਟਾਈਮ ਪਾਏ, ਕਿਹੜੇ ਕਿਹੜੇ ਟਾਈਮ ਪਾਏ ਔਰ ਪਾਣੀ ਕਿਹੜੇ ਕਿਹੜੇ ਟਾਈਮ ਡਾਏ? ਪੱਠੇ ਜਿਹੜੇ ਇਹਨਾਂ ਦੀ ਧਾਰਾਂ ਕੱਢਣੀਆਂ ਨਾ। ਅੱਛਾ। ਧਾਰਾਂ ਕੱਢ ਕੇ ਉਹਨੂੰ ਪੱਠੇ ਪਾ। ਠੀਕ ਹੋ ਗਿਆ। ਉਸ ਤੋਂ ਬਾਅਦ ਇਹਨਾਂ ਨੂੰ ਸ਼ਾਮ ਦੀ ਜਾਣ ਜਿਹੜੀ ਹੁੰਦੀ ਹੈ ਇਹਨੂੰ ਪਿਛਾਂ ਕਰ ਦੇਣਾ। ਅੱਛਾ। ਹਾਂਜੀ, ਫਿਰ ਜਿਹੜੇ ਪਾਣੀ ਪਿਲਾ ਕੇ ਪਿਛਾਂ ਕਰ ਦੇਣਾ। ਠੀਕ ਹੈ। ਉਸ ਤੋਂ ਬਾਅਦ ਸਵੇਰੇ ਇਹਨਾਂ ਦੀ ਫਿਰ ਧਾਰਾਂ ਕੱਢੋ, ਪੱਠੇ ਪਾਓ, ਪੱਠੇ ਪਾ ਕੇ ਫਿਰ ਇਹਨੂੰ ਉੱਤੇ ਬੰਨੋ ਕੁਰਲੀ ਦੇ। ਉਸ ਤੋਂ ਬਾਅਦ ਜਿਹੜਾ ਇਹਨਾਂ ਨੂੰ ਧਾਰਾਂ ਕੱਢ ਕੇ ਅਤੇ ਫਿਰ ਪਾਣੀ ਪਿਲਾ ਕੇ ਪਿਛਾਂ ਕਰ ਦੇਣਾ। ਸਹੀ ਹੋ ਗਿਆ। ਫਿਰ ਪੱਠੇ ਲਿਆਓ, ਫਿਰ ਇਹਨਾਂ ਨੂੰ ਦਰਿਆ ਖੋਲੋ। ਹਾਂ। ਨਵਾਲ ਨਵੂਲ ਕੇ ਲੈ ਕੇ ਉਹਨੂੰ ਛਾਵੇਂ ਬੰਨ ਦਿਓ। ਜਿਹਨਾਂ ਕੋਲ ਨਹੀਂ ਹੈ ਦਰਿਆ ਉਹਨਾਂ ਉਹ ਕੀ ਕਰਨ? ਉਹ ਫਿਰ ਘਰ ਨਵਾ ਲੈਣ। ਘਰ ਨਵਾ ਲੈਣ ਜਾਂ ਤਲਾਬ ਬਣਾ ਲੈਣ? ਜਾਂ ਤਲਾਬ ਬਣਾ ਲੈਣ। ਠੀਕ ਨਵਾ ਲੈਣ। ਠੀਕ ਹੋ ਗਿਆ, ਠੀਕ ਹੋ ਗਿਆ। ਅੱਛਾ ਬਈਆ ਦੱਸੋ ਕਿ ਤੁਸੀਂ ਦੱਸਿਆ ਕਿ ਨੀਯਤ ਨਾਲ, ਨੀਯਤ ਤੋਂ ਮੁਰਾਦ ਹੈ ਵੀ ਕਿ ਇਹਨਾਂ ਦੀ ਸੇਵਾ ਕੀਤੀ ਜਾਏ ਤੇ ਮੇਵਾ ਦੇਣਗੀਆਂ। ਹਾਂਜੀ, ਠੀਕ ਰੱਖ ਕੇ ਉਹਨਾਂ ਪੱਠੇ ਪਾਏ ਜਾਣ। ਅੱਛਾ, ਇੱਕ ਮੱਝ ਦਾ ਕੀ ਖਰਚ ਪੈਂਦਾ ਅਗਰ ਮੱਝ ਜਿਹੜੀ ਹੈ ਉਹ 12-13 ਕਿਲੋ ਦੁੱਧ ਦੇਣ ਵਾਲੀ ਹੈ, ਉਹਦਾ ਕੀ ਖਰਚ ਹੈ? ਉਹਦਾ ਖਰਚਾ 300-400। 300-400? ਹਾਂਜੀ। 300-400 'ਚ ਕੀ ਕੀ ਸ਼ਾਮਿਲ ਹੈ? ਉਹਨਾਂ ਦਾ ਵੰਡਾ। ਵੰਡਾ ਕਿੰਨਾ ਪਾਈਏ? ਵੰਡਾ ਉਹਨਾਂ ਨੂੰ ਪਾ ਦਿਓ ਧੜੀ। ਧੜੀ ਵੰਡਾ? ਹਾਂਜੀ, ਲਾਜ਼ਮੀ ਘੱਟ ਨਾ ਪਾਈਏ? ਨਹੀਂ ਘੱਟ। ਧੜੀ ਸਵੇਰੇ ਧੜੀ ਸ਼ਾਮ? ਡੰਗਰ ਥੱਲੇ ਦੁੱਧ 13-14 ਕਿਲੋ। 13-14 ਕਿਲੋ? ਹਾਂਜੀ। ਉਂਝ ਆਪਸ ਹੀ ਕਰ ਲਏ ਕਿ ਮੈਕਸੀਮਮ ਦੁੱਧ ਕਿੰਨਾ ਕੁ ਡੰਗਰ ਦਿੰਦਾ? ਵੱਧ ਤੋਂ ਵੱਧ ਬੜਾ ਵੀ ਚੰਗਾ ਇਹ ਡੰਗਰ ਤਾਂ 20 ਕਿਲੋ ਤੱਕ ਦੁੱਧ ਦਿੰਦਾ ਜੇ ਚੰਗਾ ਡੰਗਰ ਹੋਏ। ਕਿਹੜੀ ਨਸਲ ਦਾ? ਉਹ ਨੀਲੀ ਦਾ। ਨੀਲੀ ਦਾ ਹੋਏ ਤਾਂ 20 ਤੱਕ ਵੀ ਜਾਂਦਾ? 20 ਤੱਕ ਜਾਂਦਾ। ਕਿੰਨੀ ਦੇਰ ਤੱਕ 20 ਤੇ ਰਹਿੰਦਾ? 20 ਤੇ ਰਹਿੰਦਾ ਉਹ ਕੋਈ 3-4 ਮਹੀਨੇ। ਅੱਛਾ। ਹਾਂਜੀ, 3-4 ਮਹੀਨੇ? 4 ਮਹੀਨੇ 20 ਤੇ ਰਹਿੰਦਾ। ਹਾਂਜੀ, ਚੰਗੀ ਸੇਵਾ ਹੋਏਗੀ। ਠੀਕ ਹੋ ਗਿਆ। ਤੇ ਜਦੋਂ ਦੁੱਧ ਘਟਾਉਣ ਲੱਗ ਪੈਂਦਾ ਤੇ ਉਹਦਾ ਦੁੱਧ ਦੁਬਾਰਾ 20 ਤੇ ਲਿਆਉਣ ਲਈ ਕੋਈ ਤਰੀਕਾ ਹੈ? ਨਹੀਂ, ਉਹ ਘਟਾਉਣੇ ਘਟਾਉਣਾ ਫਿਰ ਘਟਾਉਣਾ। ਫਿਰ ਕਿੱਥੇ ਜਾ ਕੇ ਡਿੱਗਦਾ ਉਹ? ਫਿਰ ਜਿਸਲੇ ਉਹਨੂੰ ਹੋ ਜਾਣਾ ਕੋਈ ਸਾਲ ਸੂਏ ਨੂੰ, ਫਿਰ ਉਹਨੇ ਆ ਜਾਣਾ 5-6 ਕਿਲੋ ਅੱਗੋਂ ਨੇ ਸੂਣ ਵਾਲਾ ਫਿਰ ਹੋ ਜਾਣਾ। ਤੇ ਜਦੋਂ ਦੁੱਧ ਡੰਗਰ ਘਟਾਉਂਦਾ? ਹਾਂਜੀ, ਖਰਚ ਤਾਂ ਉਨਾ ਹੀ ਪੈਂਦਾ। ਖਰਚ ਤਾਂ ਉਨਾ ਹੀ ਪੈਂਦਾ, ਮਤਲਬ ਕਿ 400 ਖਾਂਦਾ ਪਿਆ। ਹਾਂਜੀ। ਤੇ ਜੇ ਉਹ ਪਹਿਲੇ ਦਿੰਦਾ ਸੀ 20 ਜਾਂ 15? ਨਹੀਂ, ਵੰਡਾ ਘੱਟ ਜਾਣਾ ਉਹਨਾਂ ਦਾ। ਵੰਡਾ ਘੱਟ ਜਾਣਾ? ਘੱਟ ਜਾਣਾ। ਤੇ ਫਿਰ ਖਰਚ ਤਾਂ ਘਟਿਆ ਨਾ? ਖਰਚ ਘਟ ਗਿਆ, ਦੁੱਧ ਘਟ ਗਿਆ, ਉਹ ਖਰਚ ਘਟ ਗਿਆ। ਤੇ ਮੱਝ ਜਦੋਂ ਖਾਂਗੜੀ ਹੋਈ ਜਾਂਦੀ ਹੈ, ਹਾਂਜੀ, ਉਹ ਦੁੱਧ ਫਿਰ ਵੀ ਦਿੰਦੀ ਹੈ? ਥੋੜਾ ਬਹੁਤ ਦਿੰਦੀ ਹੈ ਜੀ, ਜੇ ਉਹਨੂੰ ਮਹੀਨੇ 7 ਹੋ ਜਾਣਾ 8, ਫਿਰ ਉਹਨੇ ਦੁੱਧ ਨਹੀਂ ਦੇਣਾ, ਫਿਰ ਉਹਨੂੰ ਛੱਡ ਛੱਡ ਦੇਣਾ। ਤੇ ਇਚੜਾਂ ਨੂੰ ਤਿਆਰ ਹੋ ਗਈ ਹੁੰਦੀ ਹੈ ਕਿ 2 ਮਹੀਨੇ ਰਹਿ ਜਾਂਦੇ? ਫਿਰ ਉਹਨੇ ਅੱਗੋਂ ਫਿਰ ਦੁੱਧ ਦੇਣਾ ਹੁੰਦਾ ਤੇ ਫਿਰ ਉਹਨੇ ਪਿਛਲੀ ਕਸਰ ਕੱਢ ਛੱਡਣੀ? ਫਿਰ ਕੱਢ ਛੱਡਣੀ। ਠੀਕ ਹੋ ਗਿਆ, ਯਾਨੀ ਕਿ ਫਿਰ ਨੁਕਸਾਨ ਤਾਂ ਨਾ ਹੋਇਆ? ਨੁਕਸਾਨ ਕੋਈ ਨਹੀਂ ਹੋਇਆ। ਕਿੰਨੇ ਨਹੀਂ ਛੱਡੋਗੇ ਤੇ ਫਿਰ ਉਹਨੇ ਅਗਲੇ ਸੂਏ ਦੁੱਧ ਕੋਈ ਨਹੀਂ ਦੇਣਾ? ਇੱਕ ਬੰਦਾ, ਮਤਲਬ ਮੈਂ ਹੀ ਡੰਗਰ ਰੱਖਣਾ ਚਾਹੁੰਦਾ, ਇੱਕ ਬੰਦਾ ਜਿਹੜਾ ਉਹ ਆਰਾਮ ਸਕੂਨ ਨਾਲ ਕਿੰਨੇ ਕੁ ਡੰਗਰ ਸਾਂਭ ਸਕਦਾ? ਇੱਕ ਬੰਦਾ? ਆਹੋ, ਇੱਕ ਬੰਦਾ ਜਿਹੜੇ ਸਹੀ ਡੰਗਰ ਸਾਹਮਣੇ ਹੋਣ ਨਾ ਤੇ 6-7 ਮੱਝਾਂ। 6-7 ਮੱਝਾਂ? ਤੇ ਜੇ 5 ਹੋਣ ਤੇ ਹੋਰ ਸੌਖਾ ਹੀ ਹੈਗਾ? ਹੋਰ ਸੌਖਾ ਹੈ। ਅਕਸਰ ਬੰਦੇ ਆਉਂਦੇ ਨੇ ਯਾਰ ਡੰਗਰਾਂ ਦਾ ਕੰਮ ਐਸਾ ਕੰਮ ਹੈ ਕਿ ਇਹਦੇ ਵਿੱਚ ਤੁਸੀਂ ਸਾਰੀ ਦਿਹਾੜੀ ਲੱਗੇ ਰਹਿੰਦੇ ਹੋ, ਸਵੇਰ ਤੋਂ ਲੱਗ ਕੇ ਸ਼ਾਮ ਦਾ ਕੰਮ ਕਰਨਾ ਪੈਂਦਾ ਤੇ ਬੜਾ ਪੱਠੇ ਮੁੱਕਦੇ ਨੇ ਤੇ ਉਹਨੂੰ ਵੱਢਣ ਲੱਗ ਪੈਂਦੇ ਨੇ, ਵੱਢ ਵੱਢ ਕੇ ਉਹਨੂੰ ਕੁਤਰਨ ਲੱਗ ਪੈਂਦੇ ਨੇ, ਕੁਤਰ ਕੇ ਪਾਉਣ ਲੱਗ ਪੈਂਦੇ ਨੇ, ਇਹ ਕਿੱਡਾ ਕੁ ਔਖਾ ਕੰਮ ਹੈ ਜਰਾ ਦੱਸੋ ਤਾਂ ਸਹੀ। ਡੰਗਰਾਂ ਵਾਲਾ ਕੰਮ ਤੇ ਔਖਾ ਹੈ? ਔਖਾ ਔਖਾ ਤੇ ਹੈ ਕੋਈ ਨਹੀਂ। ਔਖਾ ਕਿੰਨਾ ਕੁ ਔਖਾ ਹੈ? ਹਰ ਕੰਮ ਦੀ ਛੁੱਟੀ ਹੋ ਜਾਂਦੀ ਹੈ, ਹਰ ਕੰਮ ਦੀ ਛੁੱਟੀ ਹੈ, ਡੰਗਰਾਂ ਵਾਲੇ ਕੰਮ ਦੀ ਛੁੱਟੀ ਨਹੀਂ। ਅੱਛਾ ਸਦਾਮ ਹੁਸੈਨ ਬਾਈ, ਤੁਸੀਂ ਦੱਸ ਰਹੇ ਹੋ ਕਿ ਬੜਾ ਔਖਾ ਕੰਮ ਹੈ, ਔਖੇ 'ਚ ਕੀ ਕੀ ਸ਼ਾਮਿਲ ਹੈ? ਔਖੇ 'ਚ ਇਹਨਾਂ ਦੇ ਹੋਣਾ, ਦੇਖੋ ਕਿੰਨੀ ਗਰਮੀ ਪੈਂਦੀ ਜੀ। ਅੱਛਾ, ਆਮ ਬੰਦਾ ਤਾਂ ਨਹੀਂ ਗਰਮੀ ਚੱਲ ਸਕਦਾ? ਤੇ ਯਾਰ ਆਮ ਬੰਦਾ ਕਿਉਂ ਨਹੀਂ ਚੱਲ ਸਕਦਾ? ਇੱਕ ਬੰਦਾ ਅਗਰ ਦੁਕਾਨ ਤੇ ਬੈਠਾ ਤਾਂ ਉੱਥੇ ਵੀ ਤਾਂ ਗਰਮੀ ਲੱਗਦੀ, ਉੱਥੇ ਗਰਮੀ ਲੱਗਦੀ, ਉਹ ਪੱਖੇ ਥੱਲੇ ਬੈਠਾ, ਪੰਖਾ ਬੰਦ, ਲਾਈਟ ਰੁਕੀ ਤੇ ਫਿਰ ਲਾਈਟ ਆਉਂਦੀ ਰਹਿਣੀ ਜਾਂਦੀ ਰਹਿਣੀ, ਉਹ ਤੇ ਜੇ ਲਿਆ ਬਾਹਰ ਟੁਰ ਗਿਆ ਉੱਥੇ ਕਿੰਨੇ ਪੱਖਾ ਨਾਲ ਖੜਨਾ? ਤੇ ਅੱਜ ਤੂੰ 100 ਸਾਲ ਪਹਿਲੇ ਤੇ ਲੋਕ ਹੈ ਆਪਣਾ ਦਰਖਤਾਂ ਥੱਲੇ ਬਹਿ ਕੇ ਕਰਦੇ ਸੀ, ਹੁਣ ਉਹ ਦੁਨੀਆ ਦੀ ਰਹੀ ਹੈ? ਦੁਨੀਆ ਨਹੀਂ ਰਹੀ, ਪਰ ਉਹ ਨਹੀਂ ਬੰਦੇ ਰਹੇ, ਦੁਨੀਆ ਵੀ ਉਹੀ ਹੈ, ਲੋਕ ਵੀ ਉਹੀ ਹੈ, ਸਾਡੇ ਪਾਸ ਆਪਣਾ ਦਾਦ ਬਦਲ ਗਿਆ, ਫਿਰ ਟੋਕੇ ਵੀ ਹੈ ਨਹੀਂ, ਉਹ ਲੋਕ ਹੱਥ ਨਾਲ ਪੱਠੇ ਕੱਢਦੇ ਸੀ, ਚਲੋ ਜਿਹੜੀ ਸਹੂਲਤ ਹੈ ਉਹਦਾ ਤਾਂ ਫਾਇਦਾ ਉਠਾਓ ਨਾ, ਉਹ ਤੇ ਉਹੀ ਗੱਲ ਕਰਨੇ ਵੀ। ਅੱਛਾ ਚਲੋ ਠੀਕ ਹੈ, ਤੁਸੀਂ ਆਉਂਦੇ ਹੋ ਜੀ, ਧੁੱਪੇ ਦੁੱਧ ਵੀ ਤੇ ਮਿਲਦਾ, ਧੁੱਪੇ ਜਾਣਾ ਪੈਂਦਾ, ਹਾਲਸ ਦੁੱਧ ਆਪਣੀ ਜੀ ਘਰ ਦੀ ਮੱਝ ਦੇ ਹਾਲਸ ਦੁੱਧ ਪੀਂਦੇ, ਤੇ ਉਹ ਵਿਕਦਾ ਨਹੀਂ, ਹੁਣ ਦੀ ਗੱਲ ਕਰ, ਨਹੀਂ ਹੁਣ ਦੀ ਲੋਕਾਂ ਜਿੰਨੇ ਸੀ ਨਾ,
यार अगर तुम मेहनत करते हो तो हालत दुद्ध भी तो पीते हो ना। अच्छा चलो छोड़ो इस गल के जो बंदा बहर नहीं खड़ता कहता जी मेरे को नहीं झारे जाते और डेरे से बन के पंखे ला के तो बह सकता ना मतलब मौजूद हो गई ठीक रहते हैं। अच्छा क्लियर करो कि धुप्पे आने की नुकसान है किस तरह तुम क्या कि घर रहने ठीक रहते हैं बहर आने खराब होंगे धुप्पे डंगर जेड़े रहने वो डंगर बीमार भी हो सकते उन्हें दुध भी घट सकता। अच्छा सही है जेडे डंगर पानी पुनी च बहने रहना उन्हें डंगर कोई नुकसान नहीं सही है मतलब है कि तुम डंगर जड़े ने अगर डेरे से बन के सोनी कुरलियां छुलियां बनिया तो पंगे चलते हैं पे तो डंगर बनो तो डंगर जो ठीक ने ठीक रहे अगर इंज करिए डेरे से बन के उन्होंने अं सब कुछ उन्होंने करिए तो फिर खर्च किन्ना आएगा फिर तो बहुत आना कि फिर डंगर समझ लो जो पट्ठे पुठे भी मुल देना फिर डंगर पैना दिहाड़ी छे सत्त सौ मुल दे करके मुल दा बोता नहीं पैने बोते ही पैने पट्ठे जे मुल जांदे पैली पूली अपनी है तुहां गया 600-700 अगर अपने पट्ठे ने ते फिर जेड़ा ना अपने ना ना ते फिर डंगर दा वंडा ही वंडा। अच्छा यानी कि जेड़े भाई बीजी ते खर्च होना उस तों अलावा फिर वंडा ही वंडा ठीक हो गया। अच्छा हुण इह दस्सो कि एक बंदा तुहां गया अगर पंज डंगर रखदा सौखे रखदा अगर घर रखदा फिर तो कोई मशक्कत नहीं इस तों अलावा उहनूं की काम करने पैणगे यानी किन्ने क घंटे उहनूं लगातार काम करने मिसाल तौर ते पट्ठे वढे वढ के कुतर के छोड़ छड़े अपना खुरलियां च इस तों अलावा उहदा की काम है सर इह जिहनूं बाहर लै के फेरिया नहीं अगर बाहर नहीं खड़दा उत्थे डेरे ते रखदा उस तों बाद उह नुहालियां हां नुहाल के ते बन्न छड़ी जांदा नुहालना जरूरी है जरूरी है जी हुण गर्मी पैंदी वी डंगर नुहालना चाहिए ते गर्मियां च ते नुहाल लिया ते सर्दियां च किन्ने दिनां बाद नुहाईए सर्दियां 8-10 दिनां नुहाल दो डंगर बर्दाश्त कर जांदा अजकल ते ना करदा। अच्छा अजकल नूं पानी चाहिए लाज़मी कुछ लोग आंदे ने बहुता नहीं डंगर मझां नूं नुहाना चाहिए मझां ही पानी दी है ओह गाईआं थोड़ियां ने हां ये डंगर ही पानी दा। अच्छा जिन्ना पानी देगा उन्ना कुछ रहेगा ठीक हो गया ते अगर बिलफर्ज तुहां वाड़ियां ने इस टाइम मैं बाबा सुणना तुहाडे कोल जगह है किन्नी क देर मझां दे विच रहण अगली गल दसो किन्ने घंटे लगते ने पठे वडन पठे कुतरन इन्हां नूं पाण दे किन्ने घंटे लगते ने अगर पंजा मंजा नूं पाणे ने ते एक बंदा है किन्ना टाइम लगेगा उन्हूं लग जाने कोई 4-5 घंटे यार 4-5 घंटे किस तरह हाँ जी उन्हें सवेरे पट्ठे पुट्ठे धारा धूरा कड़ी जाने पानी पूनी पिला के पिछा गया पट्ठे लैन गया उन्हें कम से कम 2-2.5 घंटे बाद कि बाहरों आना पट्ठे लाए। अच्छा फिर उन्हें आगे कुतरने ना कुतर के आगे उन्होंने नुहालना है नुहाल नुहूल के छावे बन उन्हें 12-1 बज जाने उ 12-1 बजे चलो मनिया कि सवेरे उठ पिया ही 3-4 बजे उठ पिया ही 5 बजे उन्हें अपना धारा कड़ लिया पाड़ा छाड़ा हो गया बाद उन्हें पट्ठे पाड़े फिर वह पट्ठे लैन टुर गया 9-10 बजे ना फर्क हो सकता है अगर 4 बजे ना शुरू करे। अच्छा 9 बजे ना वो फर्क हो गया उसके बाद उसका काम तो कोई नहीं उसका कोई काम नहीं फिर उसका काम होना जिसे धारा फिर कटनी है धारा फिर किन्ने बजे कटे अगर सवेरे 8 बजे धारा कटिया ने दोबारा किन्ने बजे कटे फिर कड़ लिया अपना अपना हिसाब होता जी नहीं मतलब बेहतर कर लेंदा कोई 4 बजे कड़ ले 4 बजे कड़ ले फिर उसका 4 बजे काम शुरू हो गया 4 बजे फिर उन्हें पट्ठे पाने ने दिहाड़ी एक बार पट्ठे लियाने होना 4 बजे फिर उन्हें पट्ठे पाने ने पट्ठे पा के उन्हें धारा कड़ियां फिर उसका काम हो गया ये 24 घंटे 4 घंटे ही बनया फिर ये बहुत माल माल का हिसाब है ना नहीं ये तो कोई बहुता माल है अही तो पंजा का हिसाब लाने ना उन्होंने इन्नी ही देर लगती जेडे बंदे जिन्हें बहुता रखना है वो अपना हिसाब ला ले कि 10-2 हो जाएंगे 15-3 हो जाएंगे 20-4 हो जाएंगे वो फिर इस तरह का हिसाब ला लेना जिन्ना माल बोता उन्ना काम बोता है ठीक हो गया घट थोड़ा इस काम च नुकसान किन्ना लोगों को होता है नुकसान नुकसान तो यार किसी नहीं होता जो बंद दसिया तो कोई नहीं रबू वधी होए तो फिर तो नुकसान नहीं एक सवाल इतने तुहाडे को पूछना है कि पिंड च रहने वाले बंद हो बाकी गावां का काम भी समझ जो बकरियां भेड़ा का भी फायदा ज्यादा कि बकरियां भेड़ा च मझां दियां गावां च यार तू जेड़े भी डंगर रख ला फायदा सारे में बहुता मुनाफा पैसे के लिहाज कोई होता है ठीक है जानवर रखने इलाके का मैटर कर दिया इलाका के ठीक इलाका मझा ठीक बकरिया ठीक नहीं बकरिया भी ठीक है बाकी लोगों घट शौक है बकरी घट रखी अब 2-2-3-3-4-4 बकरी रखी वो डंगर ना रखी अच्छा हाँ जी तो बहुत बकरियां नहीं रखी जा नहीं रखी सही हो गया।
अच्छा वंडे दे विच तुसीं कड़ी कड़ी शायर नूं पांदे भाई कल इन्हां नूं डंगरां नूं इन्हां खल पाने खल कड़ी कौड़ी दूजी बड़ेमियां दी ते होर कौड़ी पाल लेंगे दोवां दा की फायदा भला कौड़ी क्यों पांदे ने ते दूजी क्यों पांदे कौड़ी यार नहीं होण दिंदी अच्छा हां जी दूध ही दूध वधांदी है दूजी जिहड़ी दूध वधांदी है ठीक हो गया अच्छा यह दसो आखिर दे सानूं कि जिहड़ा बंदा यह काम करना चाहुंदा है हां जी ठीक है ओनू एक तो तुहां दस्सिया कि वड्डा ऐस इन्ना क मकदार च होना चाहिए यानी उन्होंने 5 किलो तुहां दस्सिया पहले तो जदों यह घट जाएगा तो काम ठीक है मझ का दुध घटाइएगा तो फिर वह वड्डा किन्ना क पाए पाए या ना पाए जो महीने होने 5 सूई तो फिर इन्हें दुध घटना ही घटना अच्छा हाँ जी नहीं मैं पूछना चाह रहा हर दे दसो सानू क्लीयर करो कि मझ हूं अगू बननी है तो कुछ लोग कहते हैं कि वड्डा पाओ इन्हों ताकि जल्दी बन जाए कुछ लोग कहते हैं वड्डा ना पाओ नुकसान तो बचाओ थोड़ा की ख्याल साडा तो यही है वड्डा पाओ पाओ अगले सूए भी दुध देंगे ठीक हो यानी थोड़ा जहा घटा लो भावे लेकिन पाओ जरूर पाओ जरूर सुनता पाओ क्या बात है क्या बात है सदाम साहब बहुत मेहरबानी बहुत शुक्रिया जी सलाम सलाम।